ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਵਿਸ਼ਾਖਾ ਆਪਾਂ ਪਿਆਰਿਓ, ਪਿਛਲੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੇ ਬਾਰੇ, ਅਨੰਦਪੁਰ ਸਾਹਿਬ ਦੇ ਛੱਡਣ ਦੇ ਬਾਰੇ, ਸਰਸਾ ਦੇ ਜਾਂ ਚਮਕੌਰ ਦੀ ਗੜੀ ਦੀ ਵਿਚਾਰ ਕੀਤੀ। ਸੋ ਮੈਂ ਬੇਨਤੀ ਕੀਤੀ ਸੀ, ਆਪਾਂ ਯਤਨ ਕਰਨਾ ਕਿ ਜਿਹੜੀ ਵਿਚਾਰ ਆ ਆਪਾਂ ਪਿਆਰਿਓ ਪਿਛਲੇ ਕੁਝ ਸਮੇਂ ਤੋਂ ਆਰੰਭ ਕੀਤੀ ਹੋਈ ਆ, ਕੁਝ ਸਾਲਾਂ ਤੋਂ ਆਰੰਭ ਕੀਤਾ, ਉਹਨੂੰ ਆਪਾਂ ਜ਼ਰੂਰ ਵਿਚਾਰਨਾ ਨਾਲ ਦੀ ਨਾਲ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੋ ਲਿਖੀ ਹੋਈ ਰਚਨਾ ਹੈ, ਜੋ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਇਤਿਹਾਸ ਲਿਖਿਆ, ਸ਼੍ਰੀ ਕਲਗੀਧਰ ਚਮਤਕਾਰ, ਉਹਦੀ ਆਪਾਂ ਵਿਚਾਰ ਕਰਦੇ ਪਏ ਸਾਂ। ਅਤੇ ਆਪਾਂ ਵਿਚਾਰ ਇੱਥੇ ਸਮਾਪਤ ਕੀਤੀ ਹੈ ਕਿ ਪਿਆਰਿਓ, ਜਦੋਂ ਜੰਗ ਹੁੰਦਾ ਆ, ਅਨੰਦਪੁਰ ਨੂੰ ਘੇਰਾ ਪਿਆ, ਅਤੇ ਉੱਥੇ ਭਾਈ ਕਨ੍ਹੱਈਆ ਜਿਹੜਾ ਉਹ ਸੇਵਾ ਕਿਵੇਂ ਕਰਦਾ ਸੀ, ਉਹਨੂੰ ਕੋਈ ਦੁਸ਼ਮਣ ਦਿਖਾਈ ਨਹੀਂ ਸੀ ਦਿੰਦਾ। ਇਹ ਆਪਾਂ ਵਿਚਾਰਾਂ ਕੀਤੀਆਂ। ਅਤੇ ਅੱਗੇ ਹੁਣ ਪਿਆਰਿਓ, ਇੱਕ ਹੋਰ ਮੈਂ ਆਪ ਜੀ ਨੂੰ ਬੇਨਤੀ ਅੱਗੇ ਵੀ ਕਈ ਵਾਰੀ ਕੀਤੀ ਹੈ, ਫਿਰ ਕਰ ਦਿੰਦਾ। ਤੁਸੀਂ ਇਤਿਹਾਸ ਮੇਰੇ ਕੋਲੋਂ ਵੀ ਸੁਣੋਗੇ, ਇਤਿਹਾਸ ਬਾਹਰੋਂ ਹੋਰ ਕਈ ਵਿਦਵਾਨ ਮਹਾਂਪੁਰਖ ਨੇ, ਮੈਂ ਤਾਂ ਚਲੋ ਜੋ ਪੜ੍ਹਨਾ ਉਹ ਤੁਹਾਨੂੰ ਸੁਣਾ ਦੇਣਾ, ਉਹ ਪਿਆਰਿਓ ਘੋਖਦੇ ਵੀ ਨੇ ਇਤਿਹਾਸ ਨੂੰ, ਅਤੇ ਹੋ ਸਕਦਾ ਉਹ ਹੋਰ ਢੰਗ ਨਾਲ ਸੁਣਾਉਣ, ਮੈਂ ਹੋਰ ਢੰਗ ਨਾਲ ਸੁਣਾਵਾਂ। ਤੁਸੀਂ ਦੁਚਿੱਤੀ ਵਿੱਚ ਨਹੀਂ ਪੈਣਾ, ਦੋ ਚਿੱਤ ਨਹੀਂ ਕਰ ਲੈਣਾ ਆਪਣੇ ਨੂੰ ਕਿ ਹੁਣ ਕੀ ਕਰੀਏ, ਸਮਝ 'ਤੇ ਆ ਨਹੀਂ ਰਹੀ, ਇੱਦਾਂ ਨਹੀਂ ਪੈਣਾ। ਤੁਸੀਂ ਪਤਾ ਕੀ ਕਰਨਾ ਉਸ ਇਤਿਹਾਸ ਨੂੰ, ਉਸ ਵਿਚਾਰ ਨੂੰ ਪਿਆਰਿਓ, ਉਹਦੇ ਵਿੱਚੋਂ ਮਹਾਰਾਜ ਕਹਿੰਦੇ ਹੰਸਾ ਹੀਰਾ ਮੋਤੀ ਚੁਗਣਾ। ਤੁਸੀਂ ਇਸ ਵਿਚਾਰ ਨੂੰ, ਇਹਨੂੰ ਵੀ ਸੁਣਨਾ, ਉਹਨੂੰ ਵੀ ਸੁਣਨਾ, ਇਹਦੇ ਵਿੱਚੋਂ ਜਿਹੜੇ ਜਿਹੜੇ ਵਿਚਾਰ ਤੁਹਾਨੂੰ ਲੱਗਦੇ ਹੈ ਕਿ ਮੇਰੇ ਗੁਰੂ ਸਾਹਿਬ ਦੀ ਵਡਿਆਈ ਇਹਦੇ ਵਿੱਚ ਆ, ਮੇਰੇ ਸਾਹਿਬਾਂ ਦੇ ਗੁਰਸਿੱਖਾਂ ਦੇ ਦੀਆਂ ਵਡਿਆਈਆਂ ਨੇ ਇਹਦੇ ਵਿੱਚ, ਉਹਨੂੰ ਤੁਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਉਹਦੀ ਕਮਾਈ ਕਰਨ ਦਾ ਯਤਨ ਕਰਨਾ। ਤੁਸੀਂ ਸਾਰ ਤੱਤ ਚੁਗਣਾ, ਕੋਈ ਵੀ ਵਿਚਾਰ ਕਿਤੋਂ ਵੀ ਸੁਣੋ, ਉਹਦੇ ਸਾਰ ਤੱਤ ਨੂੰ ਚੁਗਿਆ ਕਰੋ ਪਿਆਰਿਓ, ਨਾ ਕਿ ਦੁਚਿੱਤੀ ਵਿੱਚ ਪੈਣਾ, ਨਾ ਕਿ ਕੋਈ ਅਵਗਣ ਖੱਟਣੇ, ਬਲਕਿ ਗੁਣਾਂ ਦੇ ਧਾਰਨੀ ਹੋਣਾ। ਮਹਾਰਾਜ ਨੇ ਗੱਲ ਕੀਤੀ ਆ ਉਹਨਾਂ ਦੀ ਵੀ ਪਿਆਰਿਓ, ਜੇ ਮਹਾਰਾਜ ਨੇ ਆਖਿਆ ਨਾ ਹੰਸਾ ਹੀਰਾ ਮੋਤੀ ਚੁਗਣਾ, ਅਤੇ ਨਾਲ ਹੀ ਵੀ ਕਿਹਾ ਬੱਗ ਡੱਡਾ ਭਾਲਣ ਜਾਵੇ। ਬਗਲਾ ਜਿਹੜਾ ਉਹ ਕਹਿੰਦੇ ਮਾਨ ਸਰੋਵਰ 'ਤੇ ਵੀ ਚਲਿਆ ਗਿਆ ਨਾ, ਉਹਨੇ ਉੱਥੇ ਹੀਰੇ ਮੋਤੀ ਨਹੀਂ ਚੁਗਣੇ, ਉਹਨੇ ਉੱਥੇ ਵੀ ਡੱਡੀਆਂ ਮੱਛੀਆਂ ਦੀ ਭਾਲ ਕਰਨੀ। ਅਤੇ ਜਿਹੜੇ ਸਾਖਤ ਨੇ ਜੇਕਰ ਉਹ ਸੰਗਤ ਵਿੱਚ ਆਣ ਕੇ ਬਹਿ ਜਾਂਦੇ ਆ, ਅਤੇ ਪਿਆਰਿਓ ਉਹ ਇਤਿਹਾਸ ਨੂੰ ਸੁਣਦੇ ਨਹੀਂ, ਉਹਦੇ ਵਿੱਚੋਂ ਡੱਡੀਆਂ ਮੱਛੀਆਂ ਚੁਗਣ ਦਾ ਯਤਨ ਕਰਦੇ, ਔਗਣ ਲੱਭਣ ਦਾ ਯਤਨ ਕਰਦੇ। ਇਸ ਕਰਕੇ ਤੁਸੀਂ ਦੁਚਿੱਤੀ ਦੇ ਵਿੱਚ ਨਹੀਂ ਪੈਣਾ, ਜੋ ਗੁਣ ਨੇ ਉਹਨਾਂ ਨੂੰ ਪਿਆਰਿਓ ਆਪ ਜੀ ਨੇ ਚੁਗਣਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮੈਂ ਇਹ ਤਾਂ ਬੇਨਤੀ ਕੀਤੀ ਹੈ ਕਿ ਮੈਂ ਰਾਤ ਪੋਥੀ ਪੜ੍ਹੀ, ਆਪਾਂ ਜਿਹੜਾ ਇਤਿਹਾਸ ਸਾਡਾ ਪ੍ਰਚਲਿਤ ਹੈ ਕਿ ਸਰਸਾ ਕੁਝ ਵਿਦਵਾਨ ਕਹਿੰਦੇ ਨੇ ਪਾਰ ਕਰ ਲਏ ਆ ਮਾਤਾ ਜੀ ਨੇ ਸਾਹਿਬ ਛੋਟੇ ਸਾਹਿਬਜ਼ਾਦਿਆਂ ਦੇ ਨਾਲ, ਅਤੇ ਕੁਝ ਕਹਿੰਦੇ ਆ ਨਾਲ ਨਾਲ ਹੀ ਤੁਰ ਗਏ, ਪਾਰ ਨਹੀਂ ਗਏ। ਸੋ ਭਾਈ ਵੀਰ ਸਿੰਘ ਜੀ ਨੇ ਜਿਵੇਂ ਲਿਖਿਆ, ਕਹਿੰਦੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਹੈ ਅਤੇ ਇੱਥੇ ਸਰਸਾ ਦੇ ਕੰਢੇ 'ਤੇ ਜਦੋਂ ਆਏ, ਅਤੇ ਮਗਰੋਂ ਫੌਜ ਨੇ ਫਿਰ ਤੋਂ ਹਮਲਾ ਕਰ ਦਿੱਤਾ, ਬੜੀ ਭਾਰੀ ਫੌਜ ਨੇ ਹਮਲਾ ਕੀਤਾ, ਅਤੇ ਸਰਸਾ ਦਾ ਕੰਢਾ ਜਿਹੜਾ ਹੈ ਜਦੋਂ ਇੱਥੇ ਪਹੁੰਚੇ ਤਾਂ ਸਰਸਾ ਤਾਂ ਚੜ੍ਹ ਗਈ, ਮੀਂਹ ਪੈਣ ਲੱਗ ਪਿਆ, ਪਿੱਛੋਂ ਪਹਾੜਾਂ ਤੋਂ ਪਾਣੀ ਆਉਂਦਾ ਨਦੀ ਦੇ ਵਿੱਚ, ਇਹ ਜ਼ਿਆਦਾ ਉੱਪਰ ਨੂੰ ਚੜ੍ਹ ਗਈ, ਪਹਿਲਾਂ ਖਾਲੀ ਰਹਿੰਦੀ ਸੀ ਤਕਰੀਬਨ ਜਾਂ ਅੱਧੀ ਰਹਿੰਦੀ ਸੀ, ਉਹਨੂੰ ਪਾਰ ਹੋ ਸਕਦੇ ਸਾਂ, ਪਰ ਹੁਣ ਇਹ ਪੂਰੀ ਫੁੱਲ ਭਰ ਗਈ, ਜਿਹਦੇ ਕਰਕੇ ਪਾਰ ਹੋਣਾ ਔਖਾ ਹੋ ਗਿਆ। ਅਤੇ ਜਦੋਂ ਪਿਆਰਿਓ ਨੂੰ ਪਾਰ ਕਰਨ ਲੱਗੇ ਤਾਂ ਅਨੇਕਾਂ ਜਿਹੜੇ ਨੇ ਗੁਰੂ ਕੇ ਸਿੰਘ, ਬਹੁਤ ਜ਼ਿਆਦਾ ਜਿਹੜਾ ਪਦਾਰਥ ਸੀ ਕਹਿ ਲਓ, ਜਿੱਦਾਂ ਲੋੜਵੰਦ ਚੀਜ਼ਾਂ ਸੀ ਸਾਡੇ ਜਿਹੜੀਆਂ ਗੁਰੂ ਸਾਹਿਬ ਦੇ ਸਿੰਘਾਂ ਦੇ ਲੋੜ ਵਾਸਤੇ ਸਨ, ਜਿਵੇਂ ਬਸਤਰ ਹੋ ਗਏ ਜਾਂ ਪੋਥੀਆਂ ਹੋ ਗਈਆਂ ਜਾਂ ਹੋਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਰਚਨਾ ਲਿਖੀ ਹੋਈ ਸੀ ਉਹ ਪਿਆਰਿਓ ਇੱਦਾਂ ਦਾ ਬੜਾ ਕੁਝ ਜਿਹੜਾ ਹੈ, ਵਿੱਦਿਆ ਸਾਗਰ ਦੇ ਬਾਰੇ ਵੀ ਕਿਹਾ ਜਾਂਦਾ, ਉਹ ਵੀ ਕਹਿੰਦੇ ਰੁੜ ਗਿਆ, ਉਹਦੇ ਵਿੱਚ ਬੜਾ ਗਿਆਨ ਛਿਪਿਆ ਹੋਇਆ ਸੀ। ਤੋ ਕਹਿੰਦੇ ਨੇ ਨਦੀ ਦੀ ਭੇਟ ਚੜ੍ਹ ਗਿਆ, ਪਰ ਜਦੋਂ ਪਾਰ ਕੀਤਾ 40 ਸਿੰਘਾਂ ਦੇ ਨਾਲ, ਅਤੇ ਭਾਈ ਵੀਰ ਸਿੰਘ ਜੀ ਤਾਂ ਇੱਦਾਂ ਲਿਖਦੇ ਆ ਕਿ ਜਦੋਂ ਇਹਨੂੰ ਨਦੀ ਨੂੰ ਪਾਰ ਕੀਤਾ, ਅਨੇਕਾਂ ਸਿੰਘ ਇੱਥੇ ਸ਼ਹੀਦ ਵੀ ਹੋਏ। ਜਦੋਂ ਬਾਬਾ ਅਜੀਤ ਸਿੰਘ ਦੀ ਡਿਊਟੀ ਲਾਈ ਸੀ ਮਹਾਰਾਜ ਨੇ ਕਿ ਤੁਸੀਂ ਇਹ ਸੰਗਤ ਦੀ ਵੀਰ ਜਿਹੜੀ ਆ ਇਹਦੇ ਪਿੱਛੇ ਰਹਿਣਾ, ਜਦੋਂ ਸਰਸਾ ਦੇ ਕੰਢੇ ਨੂੰ ਨਦੀ ਨੂੰ ਪਾਰ ਕਰਦੇ ਆ ਨਾ, ਅਤੇ ਬਾਬਾ ਅਜੀਤ ਸਿੰਘ ਜੀ ਪਿੱਛੇ ਜੰਗ ਕਰਦੇ ਆ, ਉਹਨਾਂ ਨੂੰ ਰੋਕਦੇ ਆ ਦੁਸ਼ਮਣਾਂ ਨੂੰ, ਅਤੇ ਜਿਹੜਾ ਭਾਈ ਉਦੈ ਸਿੰਘ ਹੈ
ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਬਾਬਾ ਅਜੀਤ ਸਿੰਘ ਦੇ ਨਾਲ ਜਿਹੜੇ ਸਿੰਘ ਨੇ ਉਹਨਾਂ ਨੂੰ ਭੇਜੋ ਇੱਧਰ ਨੂੰ। ਫਿਰ ਬਾਬਾ ਉਦੈ ਸਿੰਘ ਜੀ ਰਾਠੀ ਕਰਕੇ ਲਿਖਿਆ, ਕਹਿੰਦੇ ਇਹ ਗਏ ਨੇ ਜਾ ਕੇ ਬਾਬਾ ਅਜੀਤ ਸਿੰਘ ਨੂੰ ਸਿੰਘਾਂ ਦੇ ਜਥੇ ਸਮੇਤ ਭੇਜ ਦਿੱਤਾ ਕਿ ਤੁਸੀਂ ਗੁਰੂ ਜੀ ਦੇ ਕੋਲ ਜਾਓ। ਆਪ ਇਹ ਪਿਆਰਿਓ ਉੱਥੇ ਭਾਈ ਉਦੈ ਸਿੰਘ ਜੀ ਇੱਥੇ ਦੁਸ਼ਮਣਾਂ ਦੇ ਨਾਲ ਤੁਰਕ ਫੌਜ ਪਹਾੜੀ ਫੌਜ ਦੇ ਨਾਲ ਲੜਦਿਆਂ ਆ ਸ਼ਹੀਦੀ ਦਾ ਜਾਮ ਪੀ ਗਏ ਅਤੇ ਉੱਥੇ ਬੇਸ਼ੱਕ ਇਹ ਥੋੜ੍ਹੇ ਜਿਹੇ ਸਨ ਪਰ ਉਸ ਫੌਜ ਨੂੰ ਬੜਾ ਸਮਾਂ ਇਹਨਾਂ ਨੇ ਰੋਕੀ ਰੱਖਿਆ ਪਿਆਰਿਓ। ਇਹਨਾਂ ਥੋੜ੍ਹੀ ਗਿਣਤੀ ਵਾਲਿਆਂ ਨੇ ਬਹੁਤੀ ਗਿਣਤੀ ਵਾਲਿਆਂ ਨੂੰ ਬੜਾ ਸਮਾਂ ਰੋਕੀ ਰੱਖਿਆ ਸਰਸਾ ਦੇ ਕੰਢੇ। ਪਰ ਆਖੀਰ ਪਿਆਰਿਓ ਇਹ ਉੱਥੇ ਸ਼ਹੀਦੀ ਪਾ ਗਏ ਨੇ, ਜਿਨ੍ਹਾਂ ਦੇ ਵਿੱਚ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਭਾਈ ਜੀਵਨ ਸਿੰਘ ਜੀ ਵੀ ਇੱਥੇ ਸ਼ਹੀਦ ਹੋਏ ਨੇ। ਸੋ ਵਿਚਾਰਾਂ ਬੜੀਆਂ ਸਾਨੂੰ ਮਿਲਦੀਆਂ ਪਰ ਮੈਂ ਬੇਨਤੀ ਕਰ ਰਿਹਾ ਆਪਾਂ ਸਾਰ ਤੱਤ ਚੁਗਣਾ ਇੱਥੇ। ਵਡਿਆਈ ਇਹ ਹੈ ਕਿ ਗੁਰੂ ਕੈ ਸਿੰਘਾਂ ਨੇ ਕਿੰਨਿਆਂ ਲੱਖਾਂ ਨੂੰ ਉੱਥੇ ਰੋਕ ਲਿਆ, ਜਦੋਂ ਕਿ ਪਹਿਲੀ ਮੁਸੀਬਤ ਇਹ ਹੈ ਉੱਥੋਂ ਭੁੱਖਣ ਪਾਣੀ ਕਿੰਨਾ ਸਮਾਂ ਉੱਥੇ ਘੇਰਾ ਪਿਆ ਰਿਹਾ। ਅਖੀਰ ਜੇ ਹੁਣ ਨਿਕਲੇ ਨੇ ਨਾ ਪਿਆਰਿਓ ਤਾਂ ਫਿਰ ਮਗਰੋਂ ਕਿ ਹਮਲਾ ਹੋ ਗਿਆ, ਫਿਰ ਵੀ ਇਹ ਜੂਝਦੇ ਨੇ। ਸੋ ਇੱਥੋਂ ਪਾਰ ਹੋ ਕੇ ਨਾ ਰੋਪੜ ਪਹੁੰਚੇ ਜਦੋਂ ਤਾਂ ਪਿਆਰਿਓ ਰੋਪੜ ਕਹਿੰਦੇ ਰੰਗੜਾ ਨੇ ਹਮਲਾ ਕਰ ਦਿੱਤਾ। ਉੱਥੇ ਵੀ ਉੱਥੇ ਰੋਪੜ ਪਹੁੰਚਦਿਆਂ ਰੰਗੜਾ ਨੇ ਹਮਲਾ ਕੀਤਾ ਨਾ, ਜਦੋਂ ਉੱਥੋਂ ਕਹਿੰਦੇ ਨੇ ਮਾਤਾ ਗੁਜਰੀ ਜੀ ਛੋਟੇ ਲਾਲਾਂ ਦੇ ਨਾਲ ਇੱਧਰ ਨੂੰ ਪਿਆਰਿਓ ਗੰਗੂ ਵਾਲੇ ਪਾਸੇ ਨੂੰ ਗਏ, ਭਾਈ ਮਨੀ ਸਿੰਘ ਦੇ ਨਾਲ ਮਾਤਾ ਸੁੰਦਰੀ ਜੀ ਇੱਥੋਂ ਦਿੱਲੀ ਵੱਲ ਨੂੰ ਗਏ, ਪਹਿਲਾਂ ਕਿਸੇ ਪ੍ਰੇਮੀ ਦੇ ਘਰ ਵਿੱਚ ਰੁਕੇ ਆ। ਅਤੇ ਇੱਥੇ ਜਦੋਂ ਹਮਲਾ ਹੋ ਗਿਆ ਅਤੇ ਫਿਰ ਅਖੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰਿਓ ਉਹ ਚਮਕੌਰ ਦੀ ਗੜੀ ਵਿੱਚ ਜਿਹੜਾ ਟਿਕਾਣਾ ਕਰਨਾ ਪਿਆ। ਸੋ ਆਪਾਂ ਇਹ ਵਿਚਾਰ ਜਿਹੜੀ ਕੱਲ੍ਹ ਨੂੰ ਸਾਂਝੀ ਕਰਾਂਗੇ, ਅੱਜ ਸਮਾਂ ਕਾਫੀ ਹੋ ਗਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਵੇਂ ਭਾਈ ਵੀਰ ਸਿੰਘ ਨੇ ਲਿਖੀ ਹੈ ਵਿਚਾਰ ਉਦਾਂ ਆਪਾਂ ਨਾਲ ਦੀ ਨਾਲ ਤੁਰਨ ਦਾ ਯਤਨ ਕਰਾਂਗੇ। ਮੈਂ ਬੇਨਤੀ ਕਰਾਂਗਾ ਦੁਚਿੱਤੀ ਵਿੱਚ ਨਹੀਂ ਪੈਣਾ, ਉਹਨੂੰ ਵੀ ਮੰਨ ਲੈਣਾ ਉਹ ਵੀ ਮੇਰੇ ਗੁਰੂ ਦੀ ਵਡਿਆਈ ਹੈ। ਜੇ ਇਹਨਾਂ ਲਿਖੀ ਹੈ ਇਹਨਾਂ ਵੀ ਮੇਰੇ ਗੁਰੂ ਦੀ ਮਹਿਮਾ ਲਿਖੀ ਹੈ, ਇਹਨੂੰ ਵੀ ਆਪਾਂ ਮੰਨਣਾ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਇਹ ਸਾਡੇ 'ਤੇ ਕਿਰਪਾ ਕਰਨ ਕਿ ਜੋ ਸਾਰ ਭਾਵ ਤੱਤ ਹੈ ਨਾ ਇਸ ਇਤਿਹਾਸ ਵਿਚਾਰਾਂ ਦਾ ਉਹ ਸਾਡੇ ਹਿਰਦਿਆਂ ਦੇ ਵਿੱਚ ਵੱਸ ਜਾਵੇ, ਉਹਨਾਂ ਸਿੱਖਾਂ ਦਾ ਜੀਵਨ ਜਿਹੜਾ ਆ ਉਹਨਾਂ ਵਾਂਗ ਸਾਡਾ ਜੀਵਨ ਉੱਚਾ ਸੁੱਚਾ ਹੋ ਜਾਵੇ। ਸੋ ਭੁੱਲਾ ਚੁੱਕਾ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ।